ਮੈਂ ਪਰਸਨਲ ਨਹੀਂ ਕਰ ਰਿਹਾ, ਤੁਹਾਨੂੰ ਇਹਨਾਂ 'ਚੋਂ ਕੁਛ ਸਿੱਖਣ ਨੂੰ ਮਿਲੂਗਾ। ਜਿਹੜੀ ਮੇਰੀ ਡਾਟਰ ਆ, ਮੇਰੀ ਧੀ ਆ, ਉਹ UBC ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਪੜ੍ਹਦੀ ਹੈ, ਅਤੇ ਉਹਦਾ ਫੇਵਰੇਟ ਸਬਜੈਕਟ ਆ। ਸੋਚਣ ਵਾਲੀ ਗੱਲ ਇਹ ਆ, ਇੱਕ ਨਾ ਇੱਕ ਮੇਰੇ ਨਾਲ ਨਾ ਮੁੰਡਾ ਗਾਉਣ ਲੱਗਾ ਸੀ ਭੈਣ ਜੀ, ਅਤੇ ਉਹ ਹਿੱਟ ਨਹੀਂ ਹੋਇਆ। ਉਹ ਫਿਰ ਉਹ ਰਿਐਲਟਰ ਬਣ ਗਿਆ, ਜਿਹੜੇ ਪ੍ਰੋਪਰਟੀ ਡੀਲਰ ਹੁੰਦੇ ਆ, ਬਹੁਤ ਪੈਸੇ ਉਹਨੇ ਬਣਾ ਲਏ। ਉਹ ਮੇਰੇ ਇੱਕ ਫਰੈਂਡ ਨੂੰ ਮਿਲਿਆ, ਉਹ ਕਹਿੰਦਾ ਕਹਿੰਦਾ ਮੈਂ ਮਨਮੋਹਨ ਵਾਰਸ ਤੋਂ ਸੋਹਣਾ ਗਾਉਂਦਾ ਹੁੰਦਾ ਸੀ ਅਤੇ ਮੈਂ ਦੇਖਣ ਨੂੰ ਵੀ ਸੋਹਣਾ ਹੁੰਦਾ ਸੀ, ਪਰ ਮੇਰੇ ਫਿਰ ਬੱਚੇ ਸੀਗੇ, ਕਹਿੰਦਾ ਮੈਂ ਉਹਨਾਂ ਨੂੰ ਪਾਲਣਾ ਸੀ, ਉਹਨਾਂ ਨੂੰ ਪੜ੍ਹਾਉਣਾ ਸੀ, ਮੇਰਾ ਉੱਧਰ ਧਿਆਨ ਚਲ ਗਿਆ। ਫਿਰ ਉਹ ਪੰਜਾਬ ਚਲ ਗਿਆ, ਉਹ ਫਿਰ ਮਸ਼ਹੂਰ ਹੋ ਗਿਆ। ਮੇਰਾ ਫਰੈਂਡ ਕਹਿੰਦਾ ਬੱਚੇ ਤਾਂ ਉਹਦੇ ਵੀ UBC ਪੜ੍ਹਦੇ ਆ, ਉੱਦਾਂ ਉਹਨੇ ਵੀ ਪੜ੍ਹਾ ਲਏ ਆ। ਅਤੇ ਜਿਹੜੀ ਮੇਰੀ ਬੇਟੀ ਆ, ਤੁਸੀਂ ਹੈਰਾਨ ਹੋਣਾ, ਉਹਦਾ ਫੇਵਰੇਟ ਸਬਜੈਕਟ ਹੈਗਾ ਮੈਥ, ਹਿਸਾਬ, ਗਣਿਤ। ਮੈਥ ਵਿੱਚ ਉਹ ਮਾਸਟਰ ਕਰਨਾ ਚਾਹੁੰਦੀ ਹੈ। ਅਤੇ ਮੈਂ ਗੱਲ ਕਰਦਾ ਸੀ, ਜਦੋਂ ਇੱਥੋਂ ਮੈਂ ਸਟੇਜ ਤੋਂ ਗਾਣੇ ਸੁਣਦਾ ਆ ਨਾ, ਧੀਆਂ ਬਾਰੇ ਗਾਣੇ, ਆਪਾਂ ਧੀਆਂ ਦੀ ਗੱਲ ਕਰੀਏ, ਉਹ ਪੁੱਤਾਂ ਨੂੰ ਪਹਿਲਾਂ ਹੀ ਇੱਥੇ ਰੱਖ ਲੈਂਦੇ ਆ, ਫਿਰ ਕਹਿੰਦੇ ਧੀ ਤੂੰ ਪੁੱਤਾਂ ਤੋਂ ਘੱਟ ਨਹੀਂ, ਪੁੱਤ ਪਹਿਲਾਂ ਹੀ ਵੱਡੇ ਆ। ਹਰੇਕ ਗਾਣੇ 'ਚ ਇੱਦਾਂ ਹੋਊਗਾ, ਇਹ ਚੀਜ਼ ਗਲਤ ਹੈ। ਆਪਾਂ ਨੂੰ ਕੀ ਕਰਨਾ ਪੈਣਾ ਧੀਆਂ ਪੁੱਤਾਂ ਨੂੰ ਬਰਾਬਰ ਕਰਨ ਲਈ? ਇਕੱਲਾ ਮੈਂ ਤੁਹਾਨੂੰ ਹੀ ਨਹੀਂ ਕਹਿ ਰਿਹਾ, ਮੇਰੀ ਆਵਾਜ਼ ਸਾਰੀ ਦੁਨੀਆ ਸੁਣਦੀ ਆ। ਮੈਂ ਜਿੱਥੇ ਵੀ ਜਾਂਦਾ ਹੁਣ ਮੈਂ ਇਹ ਕਹਿਣ ਲੱਗਾ ਕਿ ਸੋਸਾਇਟੀ ਚੇਂਜ ਕਰਨ ਲਈ ਸਾਨੂੰ ਆਪਣੇ ਜਿਹੜੀ ਪੁੱਤਾਂ ਦੀ ਪਰਵਰਿਸ਼ ਆ ਉਹ ਚੇਂਜ ਕਰਨੀ ਪੈਣੀ ਹੈ, ਧੀਆਂ ਨੂੰ ਬਰਾਬਰ ਲਿਆਉਣ ਲਈ। ਕੀ ਹੁੰਦਾ ਘਰਾਂ 'ਚ, ਹੁਣ ਮੇਰੀ ਭੈਣ ਛੋਟੀ ਬਹੁਤ ਪਿਆਰਾ ਗਾ ਕੇ ਗਈ ਹੈ, ਉਹਨੇ ਪਹਿਲਾਂ ਧੀਆਂ ਲਈ ਗਾਣਾ ਗਾਇਆ, ਦੂਜਾ ਹੀ ਗਾਣਾ ਉਹਨੇ ਗਾਤਾ, ਘਰ ਵਾਲੀ ਘਰ ਵਾਲੇ ਦੀ ਲੜਾਈ ਵਾਲਾ, ਹੈ ਨਾ, ਉਸੇ ਵੇਲੇ ਗਾਤਾ। ਜਿਹੜਾ ਇੱਕ ਪੁੱਤਰ ਘਰ ਵਿੱਚ ਪੈਦਾ ਹੁੰਦਾ ਉਹ ਵੇਖਦਾ ਆ ਕਿ ਮੇਰਾ ਡੈਡੀ, ਜਿਹੜਾ ਮੇਰਾ ਪਿਤਾ ਆ, ਉਹ ਆਪਣੀ ਮਾਂ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਦਾ, ਉਹਦੇ ਖੂਨ 'ਚ ਰਚ ਜਾਂਦਾ ਹੈ। ਜਿਹੜੀ ਮੇਰੀ ਭੈਣ ਆ, ਉਹਨੂੰ ਘਰ 'ਚ ਕਿਸ ਤਰ੍ਹਾਂ ਰੱਖਿਆ ਜਾਂਦਾ, ਮੈਨੂੰ ਕਿਸ ਤਰ੍ਹਾਂ ਰੱਖਿਆ ਜਾਂਦਾ, ਉਹਦੇ ਖੂਨ 'ਚ ਆ ਜਾਂਦਾ। ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਹਾਂ, ਔਰਤਾਂ ਨਾਲ, ਕੁੜੀਆਂ ਨਾਲ ਇਸ ਤਰ੍ਹਾਂ ਦੀ ਗੱਲ ਇੱਦਾਂ ਕਰੀਦੀ ਆ। ਫਿਰ ਉਹ ਬਾਹਰ ਵੀ ਉਨੀ ਇੱਜ਼ਤ ਕਰਦਾ। ਜੇ ਘਰ ਆਪਾਂ ਆਪਣੀ ਘਰਵਾਲੀ ਦੀ, ਆਪਣੀ ਮਾਂ ਦੀ, ਆਪਣੀਆਂ ਭੈਣਾਂ ਦੀ ਇੱਜ਼ਤ ਕਰੀਏ, ਧੀ ਪੁੱਤ ਨੂੰ ਬਰਾਬਰ ਰੱਖੀਏ, ਅਤੇ ਉਹ ਜਿਹੜੇ ਮੁੰਡੇ ਆ ਉਹ ਦੇਖਣਗੇ, ਉਹ ਬਾਹਰ ਵੀ ਇੱਜ਼ਤ ਕਰਨਗੇ। ਇਹ ਇੱਥੋਂ ਮਸਲਾ ਖਰਾਬ ਹੁੰਦਾ। ਸੋ ਮੈਂ ਤਾਂ ਨਸ਼ਿਆਂ ਦੇ ਗਾਣੇ ਗਾਉਂਦੇ, ਅਸੀਂ, ਮੈਂ, ਕਮਲ, ਹੀਰ, ਸੰਗਤਾਰ, ਅਸੀਂ ਕੋਈ ਨਸ਼ਾ ਨਹੀਂ ਕਰਦੇ। ਜੇ ਹੁਣ ਅਸੀਂ ਧੀਆਂ ਨੂੰ ਕਹਿੰਦੇ ਹਾਂ ਕਿ ਬੱਚੇ ਫੁੱਲਾਂ ਵਰਗੇ ਹੁੰਦੇ ਨੇ, ਨਹੀਂ ਖਾਦ ਨਸ਼ੇ ਦੀ ਪਾਈ ਦੀ, ਸਾਰੇ ਖਾਨਦਾਨ ਦਾ ਨਾਂ ਚਮਕੇ, ਧੀ ਵੱਧ ਤੋਂ ਵੱਧ ਪੜ੍ਹਾਈ ਦੀ, ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ, ਡੱਬਾ ਚੂਰੀ ਦਾ ਜਦ ਖੋਲੀ ਦਾ, ਨਾ ਕੱਢੀਏ ਮਾਂ ਦੀ ਗਾਲ ਕਦੇ, ਨਾ ਧੀ ਨੂੰ ਮਾੜਾ ਬੋਲੀ। ਸੋ ਇਹ ਗਾਣਾ ਜੇ ਅਸੀਂ ਗਾਉਂਦੇ ਹਾਂ, ਜੇ ਅਸੀਂ ਖੁਦ ਉਹਦੇ 'ਤੇ ਪਹਿਰਾ ਦੇਵਾਂਗੇ, ਸਾਡੇ ਘਰ ਵਿੱਚ ਮੇਰੀ ਘਰਵਾਲੀ ਦੀ ਇੱਜ਼ਤ ਹੋਊਗੀ, ਮੇਰੀ ਮਾਂ ਦੀ ਇੱਜ਼ਤ ਹੋਊਗੀ, ਮੇਰੀਆਂ ਭੈਣਾਂ ਦੀ ਇੱਜ਼ਤ ਹੋਊਗੀ, ਅਤੇ ਮੇਰੀ ਧੀ ਤਾਂ ਪੁੱਤ ਨੂੰ ਬਰਾਬਰ ਰੱਖਿਆ ਜਾਊਗਾ, ਅਤੇ ਉਹਦੇ ਨਾਲ ਸਮਾਜ ਵਿੱਚ ਫਿਰ ਉਹ ਵਿਚਰਨਗੇ ਤਾਂ ਬਹੁਤ ਵਧੀਆ ਲੱਗੂਗਾ।
ਗੱਲ ਬਣਨੀ। ਪਹਿਲਾਂ ਤਾਂ ਸਾਡੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਪਹਿਲੀ ਵਾਰੀ ਸ਼ਾਮਿਲ ਹੋਈਆਂ, ਆ ਜਾਓ ਤੁਸੀਂ, ਖਾਲੀ ਤਾਂ ਹੀ ਰੱਖਿਆ ਸੀ। ਇੱਧਰ ਮੁੰਡਿਆਂ ਦਾ ਕੋਈ ਕੰਮ ਨਹੀਂ ਹੈਗਾ, ਸਾਰਾ ਹੀ ਕੁੜੀਆਂ ਲਈ ਹੈ। ਸੰਗੋ ਨਾ ਤੁਹਾਨੂੰ ਮਿਲਾਉਣਾ, ਫਿਰ ਉਹ ਤੋਂ ਬਾਅਦ ਬੈਠੇ ਨਾ ਕੋਈ ਰਿਹਾ, ਇੰਨਾ ਮਾਣ ਮਹਿਸੂਸ ਕਰਿਓ ਇਸ ਗੱਲ ਦਾ। ਇਹ ਸਾਡੀ ਬਿਟੀਆਂ ਸਾਡੇ ਆਪਣੇ ਇਸੇ ਇਲਾਕੇ ਦੀ ਆ। ਕਿਹੜੇ ਸਕੂਲ ਪੜ੍ਹਦੇ ਸੀ, ਕਿਹੜੇ ਪਿੰਡ ਤੋਂ? ਡੱਲੇਵਾਲ ਪਿੰਡ ਦਾ ਪਤਾ ਤੁਹਾਨੂੰ? ਕਿੱਥੇ? ਕੋਲ ਹੀ ਆ ਤੁਹਾਡੇ। ਰੇਨੂ ਚੌਹਾਨ ਸਾਡੀ ਬੇਟੀ ਦਾ ਨਾਂ ਆ। ਤੁਹਾਨੂੰ ਲੱਗਦਾ ਹੋਣਾ ਇਹ ਕਮਜ਼ੋਰ ਜਿਹੀ ਆ। ਪੂਰੇ ਇੰਡੀਆ ਦੇ 58 ਕਿਲੋ ਤੋਂ 65 ਕਿਲੋ ਦੇ ਜਿਹੜੇ ਵੇਟ ਲਿਫਟਿੰਗ ਦੇ ਮੁਕਾਬਲੇ ਆ, ਪੂਰੀ ਇੰਡੀਆ ਦੇ ਨੈਸ਼ਨਲ, ਉਹਦਾ ਨਾਂ ਸੀਗਾ ਨੈਸ਼ਨਲ ਸਟਰੈਂਥ ਲਿਫਟਿੰਗ, ਇਹ ਰਾਜਸਥਾਨ 'ਚ ਹੋਏ ਆ ਮੁਕਾਬਲੇ, ਅਤੇ ਪੂਰੇ ਇੰਡੀਆ ਤੋਂ ਕੁੜੀਆਂ ਆਈਆਂ ਸੀ। ਪੰਜਾਬ ਤੋਂ ਮੁੰਡੇ ਗਏ ਸੀ 5-4 ਅਤੇ ਕੁੜੀ ਗਈ ਸੀ ਇਹ ਇਕੱਲੀ ਸਾਰੇ ਪੰਜਾਬ ਤੋਂ। ਜਾਣਾ ਬਹੁਤ ਵੱਡੀ ਗੱਲ ਹੈ ਨਾ, ਨੈਸ਼ਨਲ ਪੰਜਾਬ ਵੱਲੋਂ ਜਾਣਾ, ਤੁਸੀਂ ਤਾੜੀ ਮਾਰੀ ਆ, ਪਰ ਪੂਰੇ ਇੰਡੀਆ 'ਚੋਂ ਪਹਿਲੇ ਨੰਬਰ 'ਤੇ ਆਈ ਆ, ਗੋਲਡ ਮੈਡਲ ਲਿਆ ਇਹਨੇ। ਤੁਸੀਂ ਜਿਹੜੇ ਨਾ ਸਾਗ ਖਾ ਖਾ ਕੇ ਬੈਠੇ ਉਹਨਾਂ ਨੂੰ ਉੱਦਾਂ ਭਾਰ ਬਾਹਾਂ 'ਤੇ ਉੱਦਾਂ ਤੋਲ ਦਊਗੀ। ਸੋ ਦੇਖੋ ਇਹ ਮਾਣ ਮਹਿਸੂਸ ਕਰੋ ਬੇਟੀਆਂ ਦੇ, ਇਹਨੂੰ ਮੌਕਾ ਦਿੱਤਾ ਸਾਡਾ ਭਰਾ ਵੱਡਾ। ਦੇਸੀ ਪਰਿਵਾਰ ਮੇ ਸਾਡੇ ਵਾਂਗੂ ਪਰਿਵਾਰ ਹੈ, ਕੋਈ ਇਹਨਾਂ ਦੀ ਬੈਕਗਰਾਊਂਡ ਨਹੀਂ ਸਪੋਰਟਸ ਦੀ, ਪਰ ਇਹਨਾਂ ਨੇ ਬਿਟੀਆਂ ਨੂੰ, ਆਪਣੀ ਬੇਟੀ ਨੂੰ ਮੌਕਾ ਦਿੱਤਾ, ਉਹਨੂੰ ਰੋਕਿਆ ਨਹੀਂ ਹੈਗਾ। ਕੋਚ ਕੋਲ ਭੇਜਿਆ, ਖੁਰਾਕ ਜੋ ਚਾਹੀਦੀ ਹੋਊਗੀ ਉਹ ਦਿੱਤੀ, ਅਤੇ ਬਹੁਤ ਥੋੜ੍ਹੀ ਫੈਸਿਲਿਟੀ ਦੇ ਨਾਲ ਵੀ ਸਾਰੇ ਇੰਡੀਆ 'ਚੋਂ ਪਹਿਲੇ ਨੰਬਰ 'ਤੇ। ਜ਼ੋਰਦਾਰ ਤਾੜੀ, ਜ਼ੋਰਦਾਰ ਲਵ ਯੂ। ਹੁਣ ਬੈਠੇ ਨਾ ਰਹੇ ਹੋ ਇਸ ਗੱਲ ਨੂੰ, ਉੱਠੇ ਹੋਣ ਸਾਰੇ। ਜੋੜੀ 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 ਨਾਲੇ ਠੀਕ ਚੜਾਵੇ ਚੜਾਵੇ
ਪਾਣੀ ਪਾਣੀ ਡੋਰੀਆ 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 ਭਿੱਜ ਗਿਆ ਵੇ ਚਾਦਰ ਨਾ ਤਾਣੀ ਡੋਰੀਆ ਭਿੱਜ ਗਿਆ ਵੇ ਐ ਚਾਦਰ ਨਾ ਤਾਣੀ ਡੋਰੀਆ ਭਿੱਜ ਗਿਆ ਵੇ ਐ ਚਾਦਰ ਨਾ ਤਾਣੀ ਡੋਰੀਆ ਭਿੱਜ ਗਿਆ ਵੇ ਐ ਚਾਦਰ ਨਾ ਤਾਣੀ 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 ਜਿਹੜੇ ਇੱਧਰ ਆਵਾਜ਼ ਘੱਟ ਜਾਂਦੀ ਹੋਣੀ ਆ ਮੇਰਾ ਖਿਆਲ ਆ ਜਿਹੜੇ ਲੋਹੜੀ ਲਈ ਸਾਡੀਆਂ ਭੈਣਾਂ ਖੜੀਆਂ ਇੱਥੇ ਇਹ ਪਤਾ ਕਿੱਦਾਂ ਲੱਗਦਾ ਤੁਹਾਡਾ ਇੱਥੇ ਆਵਾਜ਼ ਘੱਟ ਆਉਂਦੀ ਆ ਉਦਾਂ ਅਸਲ 'ਚ ਤੁਹਾਡਾ ਇੱਦਾਂ ਲੱਗਦਾ ਠੰਡ ਲਈ ਬਾਲਣੀ ਹੁੰਦੀ ਆ ਤੁਸੀਂ ਠੰਡ ਧੀਆਂ ਦੀ ਲੋਹੜੀ ਪਾਉਣ ਆਏ ਆ ਖੁਸ਼ੀ 'ਚ ਆਏ ਆ ਕੋਈ ਗਿੱਧਾ ਗੁੱਧਾ ਪਾਓ ਵਾਂਗ ਕੋਈ ਵੀਡੀਓ ਤਾਂ ਬੜੇ ਵਧੀਆ ਹੱਥ ਨਾਲ ਚੱਕੋ ਇੱਕ ਇੱਕ ਨਾਲ ਗਿੱਧਾ ਪਾ ਆਈ
ਪੰਜ ਬੱਚੀਆਂ, ਕੌੜਕਾ ਬਲਾਕ ਦੀਆਂ ਛੋਟੀਆਂ ਪੰਜ ਬੱਚੀਆਂ, ਇੱਥੇ ਪੰਜ ਬੱਚੀਆਂ ਪਲੀਜ਼। ਲਿਆਓ ਜੀ ਲਿਆਓ ਸਾਰੇ ਨੱਚੋ ਵੀ ਪਹਿਲਾਂ ਬਾਹਰ ਉੱਪਰ ਨੂੰ ਖੜਿਆ ਕਰੋ ਸਾਰੇ ਜਣੇ ਸਾਰੇ ਜਣੇ। ਜਵਾਨੀ ਤੇਰੀ ਆ ਜਾ ਕੁੜੀਏ ਝੂਟ ਲੈ ਜਵਾਨੀ ਤੇਰੀ।